ਚੰਡੀਗੜ੍ਹ ਦੀ ਤਰਜ਼ ਤੇ ਹੁਣ ਪੰਜਾਬ ਦੇ ਵਿੱਚ ਵੀ ਤੀਜੀ ਅੱਖ ਯਾਨੀ ਸੀਸੀਟੀਵੀ ਕੈਮਰਿਆਂ ਦੀ ਨਜ਼ਰ ਹੁਣ ਰਹਿਣ ਵਾਲੀ ਹੈ। ਹੁਣ ਜੋ ਵੀ ਕੋਈ ਟ੍ਰੈਫਿਕ ਦੇ ਵਾਇਲੇਸ਼ਨ ਕਰਦਾ ਹੈ ਜਾਂ ਕੋਈ ਵੀ ਕ੍ਰਾਈਮ ਕਰਕੇ ਭੱਜਣ ਦੀ ਫਿਰਾਕ 'ਚ ਹੈ ਤੇ ਉਹਨੂੰ ਹੁਣ ਤੀਜੀ ਅੱਖ ਦੇਖੂਗੀ। ਜੀ ਹਾਂ, ਚੰਡੀਗੜ੍ਹ ਦੀ ਤਰਜ਼ ਤੇ ਹੁਣ ਮੋਹਾਲੀ ਦੇ ਵਿੱਚ ਵੀ ਪੰਜਾਬ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਪੂਰੇ ਕਰੀਬ 400 ਤੋਂ ਵੀ ਵੱਧ, ਕਿਉਂਕਿ ਪਹਿਲਾ ਫੇਸ ਹੈ, ਪਹਿਲੇ ਫੇਸ ਦੇ ਵਿੱਚ 400 ਤੋਂ ਵੀ ਵੱਧ ਸੀਸੀਟੀਵੀ ਕੈਮਰੇ ਜਿਹੜੇ ਹੈ ਉਹ ਲਾਏ ਜਾ ਰਹੇ ਨੇ, ਜਿਹਦੇ ਵਿੱਚ ਹੁਣ ਜਿਹੜੇ ਜਿਹੜੇ ਮੇਨ ਸਪੋਟ ਜਾਂ ਆਇਡੈਂਟੀਫਾਈ ਕੀਤੇ ਗਏ ਨੇ, ਬਲੈਕ ਸਪੋਟ ਆਇਡੈਂਟੀਫਾਈ ਕੀਤੇ ਗਏ ਨੇ। ਸਭ ਤੋਂ ਪਹਿਲਾਂ ਜਿਹੜੇ ਬਾਰਡਰ ਏਰੀਆ ਨੇ ਚੰਡੀਗੜ੍ਹ ਦੀ ਅਸੀਂ ਗੱਲ ਕਰ ਲਈਏ, ਚੰਡੀਗੜ੍ਹ ਬਾਰਡਰ ਏਰੀਆ ਤੇ ਇਹ ਪੂਰੇ ਸੀਸੀਟੀਵੀ ਇੰਸਟਾਲ ਕੀਤੇ ਜਾ ਰਹੇ ਆ, ਔਰ ਕਹਿ ਸਕਦੇ ਹਾਂ ਕਿ ਇਸ ਸਾਲ ਦੇ ਲਾਸਟ ਤੱਕ ਇਹ ਸੀਸੀਟੀਵੀ ਵਰਕਿੰਗ ਹੋਣਗੇ। ਔਰ ਜਿੱਦਾਂ ਹੁਣ ਚੰਡੀਗੜ੍ਹ ਦੇ ਵਿੱਚ ਤੀਜੀ ਅੱਖ ਦੀ ਨਜ਼ਰ ਰਹਿੰਦੀ ਹੈ, ਕੋਈ ਵੀ ਟ੍ਰੈਫਿਕ ਵਾਇਲੇਸ਼ਨ ਕਰਦਾ ਹੈ ਤਾਂ ਉਹਦਾ ਖੁਦ ਹੀ ਉਹਦੇ ਮੋਬਾਈਲ ਤੇ ਚਲਾਨ ਆ ਜਾਏਗਾ। ਹੁਣ ਇਸੇ ਤਰ੍ਹਾਂ ਦਾ ਹੁਣ ਮੋਹਾਲੀ ਦੇ ਵੀ ਸ਼ੁਰੂਆਤ ਹੈ ਉਹ ਕੀਤੀ ਜਾ ਰਹੀ ਹੈ, ਔਰ ਰਾਤੋ ਰਾਤ ਇਹ ਕੰਮ ਜਿਹੜਾ ਹੈ ਉਹ ਕਰਦਾ ਨਜ਼ਰ ਆ ਰਹੇ ਨੇ। ਜਿਹੜੀ ਵੀ ਪੰਜਾਬ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਇਹ ਪੂਰਾ ਦਿੱਤਾ ਗਿਆ, ਪਹਿਲੇ ਫੇਜ਼ ਦੇ ਵਿੱਚ 20 ਤੋਂ ਵੀ ਜ਼ਿਆਦਾ ਪੁਆਇੰਟਸ ਜਿਹੜੇ ਹੈ ਉਹ ਆਇਡੈਂਟੀਫਾਈ ਕੀਤੇ ਨੇ। ਹਾਲਾਂਕਿ ਇਹ ਤਸਵੀਰਾਂ ਨੇ ਮੋਹਾਲੀ ਦੇ 3B1 ਦੀ, ਜਿੱਥੇ ਇਹ ਪੂਰਾ ਇੰਸਟਾਲ ਜਿਹੜਾ ਹੈ ਉਹ ਕੀਤਾ ਗਿਆ। ਹੁਣ ਵਰਕਿੰਗ ਜਿਹੜੀ ਹੈ ਉਹ ਜਲਦੀ ਇਹਦੇ ਵਿੱਚ ਇੰਸਟਾਲ ਕਰਕੇ ਵਰਕਿੰਗ ਵੀ ਕੀਤੇ ਜਾਣਗੇ, ਯਾਨੀ ਕਿ ਇਹ ਪੂਰੇ ਇੰਸਟਾਲ ਕਰਕੇ ਪੂਰਾ ਵਰਕਿੰਗ ਕੀਤਾ ਜਾਏਗਾ। ਔਰ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਹੁਣ ਜਿਹੜੀ ਵੀ ਵਾਇਲੇਸ਼ਨ ਕੋਈ ਕਰਦਾ ਹੈ ਬਹੁਤ ਜਿਹੜਾ ਉਹਦਾ ਪੂਰੀ ਤੀਜੀ ਨਜ਼ਰ ਤੇ ਅੱਖ ਰਹੇਗੀ। ਤੇ ਦੂਜੀ ਗੱਲ, ਜਿਹੜੇ ਵੀ ਕ੍ਰਾਈਮ ਕਰਕੇ ਭੱਜਦੇ ਹੈ ਜਾਂ ਫੇਕ ਨੰਬਰ ਪਲੇਟ ਲਾ ਕੇ ਕੋਈ ਗਲਤ ਗਤੀਵਿਧੀ ਵਿੱਚ ਰਹਿੰਦੇ ਹੈ, ਉਹਦੇ ਵਿੱਚ ਵੀ ਜਿਹੜੀ ਹੈਗੀ ਹੈ ਨਕੇਲ ਕਸੀ ਜਾਏਗੀ, ਕਿਉਂਕਿ ਪੰਜਾਬ 'ਚ ਵਾਇਲੇਸ਼ਨ, ਕਿਉਂਕਿ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੁੰਦਾ, ਵਿਦਆਊਟ ਹੈਲਮੈਟ ਚੱਲ ਰਹੇ ਹੈ ਔਰ ਵਿਦਆਊਟ ਜਿਹੜੀ ਸੀਟ ਬੈਲਟ ਓਵਰ ਸਪੀਡ ਕੀਤੀ ਜਾ ਰਹੀ, ਜਿਸ ਕਰਕੇ ਐਕਸੀਡੈਂਟਸ ਦਾ ਬਹੁਤ ਖਤਰਾ ਹੁੰਦਾ ਹੈ। ਔਰ ਪਿਛਲੇ ਜੇ ਅਸੀਂ ਅੰਕੜੇ ਦੇਖੀਏ ਤਾਂ ਬਹੁਤ ਸਾਰੀ ਮੌਤਾਂ ਜਿਹੜੀ ਹੈ ਓਵਰ ਸਪੀਡ ਕਰਕੇ ਜਾਂ ਡੇਂਜਰਸ ਡਰਾਈਵਿੰਗ ਕਰਕੇ ਜਾਂ ਵਿਦਆਊਟ ਹੈਲਮੈਟ ਕਰਕੇ ਜਿਹੜੀ ਹੈ ਉਹ ਵੇਖੀ ਗਈ ਹੈ। ਇਸ ਕਰਕੇ ਪੰਜਾਬ ਪੁਲਿਸ, ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਸੀਸੀਟੀਵੀ ਕੈਮਰਾ, ਹਾਈਟੈਕ ਕੈਮਰਾ ਉਹ ਲਾਏ ਜਾ ਰਹੇ ਨੇ, ਔਰ ਇਹਦੀ ਸ਼ੁਰੂਆਤ ਕੀਤੀ ਗਈ ਹੈ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਤੋਂ, ਔਰ ਫਸਟ ਫੇਜ਼ ਯਾਨੀ ਕਹਿ ਸਕਦੇ ਹਾਂ ਕਿ ਆਉਣ ਵਾਲੇ ਜਲਦੀ ਦਿਨਾਂ ਦੇ ਵਿੱਚ ਇਹ ਕੈਮਰਾ ਜਿਹੜੇ ਹੈ ਉਹ ਵਰਕਿੰਗ ਹੋਣਗੇ, ਔਰ ਜਿਹੜੇ ਲੋਕਾਂ ਦੇ ਜਿਹੜਾ ਵੀ ਕੋਈ ਵਾਇਲੇਸ਼ਨ ਕਰਦਾ ਹੈ ਉਹਨਾਂ ਦੇ ਚਲਾਨ ਜਿਹੜੇ ਹੈ ਉਹ ਇਹਦੇ ਵਿੱਚ ਕੈਪਚਰ ਹੋ ਕੇ ਉਹਨਾਂ ਦੇ ਘਰ ਤੱਕ ਪਹੁੰਚਣਗੇ, ਉਹਨਾਂ ਦੇ ਮੋਬਾਈਲ ਤੱਕ ਪਹੁੰਚਣਗੇ। ਚੰਡੀਗੜ੍ਹ ਦੀ ਤਰਜ਼ ਤੇ ਹੁਣ ਪੰਜਾਬ ਦੇ ਵਿੱਚ ਵੀ ਤੀਜੀ ਅੱਖ ਯਾਨੀ ਸੀਸੀਟੀਵੀ ਕੈਮਰਿਆਂ ਦੀ ਨਜ਼ਰ ਹੁਣ ਰਹਿਣ ਵਾਲੀ ਹੈ। ਹੁਣ ਜੋ ਵੀ ਕੋਈ ਟ੍ਰੈਫਿਕ ਦੇ ਵਾਇਲੇਸ਼ਨ ਕਰਦਾ ਹੈ ਜਾਂ ਕੋਈ ਵੀ ਕ੍ਰਾਈਮ ਕਰਕੇ ਭੱਜਣ ਦੀ ਫਿਰਾਕ 'ਚ ਹੈ ਤੇ ਉਹਨੂੰ ਹੁਣ ਤੀਜੀ ਅੱਖ ਦੇਖੂਗੀ। ਜੀ ਹਾਂ, ਚੰਡੀਗੜ੍ਹ ਦੀ ਤਰਜ਼ ਤੇ ਹੁਣ ਮੋਹਾਲੀ ਦੇ ਵਿੱਚ ਵੀ ਪੰਜਾਬ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਪੂਰੇ ਕਰੀਬ 400 ਤੋਂ ਵੀ ਵੱਧ, ਕਿਉਂਕਿ ਪਹਿਲਾ ਫੇਸ ਹੈ, ਪਹਿਲੇ ਫੇਸ ਦੇ ਵਿੱਚ 400 ਤੋਂ ਵੀ ਵੱਧ ਸੀਸੀਟੀਵੀ ਕੈਮਰੇ ਜਿਹੜੇ ਹੈ ਉਹ ਲਾਏ ਜਾ ਰਹੇ ਨੇ, ਜਿਹਦੇ ਵਿੱਚ ਹੁਣ ਜਿਹੜੇ ਜਿਹੜੇ ਮੇਨ ਸਪੋਟ ਜਾਂ ਆਇਡੈਂਟੀਫਾਈ ਕੀਤੇ ਗਏ ਨੇ, ਬਲੈਕ ਸਪੋਟ ਆਇਡੈਂਟੀਫਾਈ ਕੀਤੇ ਗਏ ਨੇ। ਸਭ ਤੋਂ ਪਹਿਲਾਂ ਜਿਹੜੇ ਬਾਰਡਰ ਏਰੀਆ ਨੇ ਚੰਡੀਗੜ੍ਹ ਦੀ ਅਸੀਂ ਗੱਲ ਕਰ ਲਈਏ, ਚੰਡੀਗੜ੍ਹ ਬਾਰਡਰ ਏਰੀਆ ਤੇ ਇਹ ਪੂਰੇ ਸੀਸੀਟੀਵੀ ਇੰਸਟਾਲ ਕੀਤੇ ਜਾ ਰਹੇ ਆ, ਔਰ ਕਹਿ ਸਕਦੇ ਹਾਂ ਕਿ ਇਸ ਸਾਲ ਦੇ ਲਾਸਟ ਤੱਕ ਇਹ ਸੀਸੀਟੀਵੀ ਵਰਕਿੰਗ ਹੋਣਗੇ। ਔਰ ਜਿੱਦਾਂ ਹੁਣ ਚੰਡੀਗੜ੍ਹ ਦੇ ਵਿੱਚ ਤੀਜੀ ਅੱਖ ਦੀ ਨਜ਼ਰ ਰਹਿੰਦੀ ਹੈ, ਕੋਈ ਵੀ ਟ੍ਰੈਫਿਕ ਵਾਇਲੇਸ਼ਨ ਕਰਦਾ ਹੈ ਤਾਂ ਉਹਦਾ ਖੁਦ ਹੀ ਉਹਦੇ ਮੋਬਾਈਲ ਤੇ ਚਲਾਨ ਆ ਜਾਏਗਾ। ਹੁਣ ਇਸੇ ਤਰ੍ਹਾਂ ਦਾ ਹੁਣ ਮੋਹਾਲੀ ਦੇ ਵੀ ਸ਼ੁਰੂਆਤ ਹੈ ਉਹ ਕੀਤੀ ਜਾ ਰਹੀ ਹੈ, ਔਰ ਰਾਤੋ ਰਾਤ ਇਹ ਕੰਮ ਜਿਹੜਾ ਹੈ ਉਹ ਕਰਦਾ ਨਜ਼ਰ ਆ ਰਹੇ ਨੇ। ਜਿਹੜੀ ਵੀ ਪੰਜਾਬ ਹਾਊਸਿੰਗ ਕਾਰਪੋਰੇਸ਼ਨ ਵੱਲੋਂ ਇਹ ਪੂਰਾ ਦਿੱਤਾ ਗਿਆ, ਪਹਿਲੇ ਫੇਜ਼ ਦੇ ਵਿੱਚ 20 ਤੋਂ ਵੀ ਜ਼ਿਆਦਾ ਪੁਆਇੰਟਸ ਜਿਹੜੇ ਹੈ ਉਹ ਆਇਡੈਂਟੀਫਾਈ ਕੀਤੇ ਨੇ। ਹਾਲਾਂਕਿ ਇਹ ਤਸਵੀਰਾਂ ਨੇ ਮੋਹਾਲੀ ਦੇ 3B1 ਦੀ, ਜਿੱਥੇ ਇਹ ਪੂਰਾ ਇੰਸਟਾਲ ਜਿਹੜਾ ਹੈ ਉਹ ਕੀਤਾ ਗਿਆ। ਹੁਣ ਵਰਕਿੰਗ ਜਿਹੜੀ ਹੈ ਉਹ ਜਲਦੀ ਇਹਦੇ ਵਿੱਚ ਇੰਸਟਾਲ ਕਰਕੇ ਵਰਕਿੰਗ ਵੀ ਕੀਤੇ ਜਾਣਗੇ, ਯਾਨੀ ਕਿ ਇਹ
ਪੂਰੇ ਇੰਸਟਾਲ ਕਰਕੇ ਪੂਰਾ ਵਰਕਿੰਗ ਕੀਤਾ ਜਾਏਗਾ। ਔਰ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਹੁਣ ਜਿਹੜੀ ਵੀ ਵਾਇਲੇਸ਼ਨ ਕੋਈ ਕਰਦਾ ਹੈ ਬਹੁਤ ਜਿਹੜਾ ਉਹਦਾ ਪੂਰੀ ਤੀਜੀ ਨਜ਼ਰ ਤੇ ਅੱਖ ਰਹੇਗੀ। ਤੇ ਦੂਜੀ ਗੱਲ, ਜਿਹੜੇ ਵੀ ਕ੍ਰਾਈਮ ਕਰਕੇ ਭੱਜਦੇ ਐ ਜਾਂ ਫੇਕ ਨੰਬਰ ਪਲੇਟ ਲਾ ਕੇ ਕੋਈ ਗਲਤ ਗਤੀਵਿਧੀ ਵਿੱਚ ਰਹਿੰਦੇ ਐ, ਉਹਦੇ ਵਿੱਚ ਵੀ ਜਿਹੜੀ ਹੈਗੀ ਹੈ ਨਕੇਲ ਕਸੀ ਜਾਏਗੀ। ਕਿਉਂਕਿ ਪੰਜਾਬ 'ਚ ਵਾਇਲੇਸ਼ਨ, ਕਿਉਂਕਿ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੁੰਦਾ, ਵਿਦਾਊਟ ਹੈਲਮੇਟ ਚੱਲ ਰਹੇ ਐ ਔਰ ਵਿਦਾਊਟ ਜਿਹੜੀ ਸੀਟ ਬੈਲਟ, ਓਵਰ ਸਪੀਡ ਕੀਤੀ ਜਾ ਰਹੀ, ਜਿਸ ਕਰਕੇ ਐਕਸੀਡੈਂਟ ਦਾ ਬਹੁਤ ਖਤਰਾ ਹੁੰਦਾ ਹੈ। ਔਰ ਪਿਛਲੇ ਜੇ ਅਸੀਂ ਆਂਕੜੇ ਦੇਖੀਏ ਤਾਂ ਬਹੁਤ ਸਾਰੀ ਮੌਤਾਂ ਜਿਹੜੀ ਹੈ ਓਵਰ ਸਪੀਡ ਕਰਕੇ ਜਾਂ ਡੇਂਜਰਸ ਡਰਾਈਵਿੰਗ ਕਰਕੇ ਜਾਂ ਵਿਦਾਊਟ ਹੈਲਮੇਟ ਕਰਕੇ ਜਿਹੜੀ ਹੈ ਉਹ ਵੇਖੀ ਗਈ ਹੈ। ਇਸ ਕਰਕੇ ਪੰਜਾਬ ਪੁਲਿਸ, ਪੰਜਾਬ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਜਿਹੜੇ ਸੀਸੀਟੀਵੀ ਕੈਮਰਾ, ਹਾਈਟੈਕ ਕੈਮਰਾ ਉਹ ਲਾਏ ਜਾ ਰਹੇ ਨੇ ਔਰ ਇਹਦੀ ਸ਼ੁਰੂਆਤ ਕੀਤੀ ਗਈ ਹੈ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਤੋਂ। ਔਰ ਫਸਟ ਫੇਜ਼, ਯਾਨੀ ਕਹਿ ਸਕਦੇ ਹਾਂ ਕਿ ਆਉਣ ਵਾਲੇ ਜਲਦੀ ਦਿਨਾਂ ਦੇ ਵਿੱਚ ਇਹ ਕੈਮਰਾ ਜਿਹੜੇ ਹੈ ਉਹ ਵਰਕਿੰਗ ਹੋਣਗੇ ਔਰ ਜਿਹੜੇ ਲੋਕਾਂ ਦੇ ਜਿਹੜਾ ਵੀ ਕੋਈ ਵਾਇਲੇਸ਼ਨ ਕਰਦਾ ਹੈ ਉਹਨਾਂ ਦੇ ਚਲਾਨ ਜਿਹੜੇ ਹੈ ਉਹ ਇਹਦੇ ਵਿੱਚ ਕੈਪਚਰ ਹੋ ਕੇ ਉਹਨਾਂ ਦੇ ਘਰ ਤੱਕ ਪਹੁੰਚਣਗੇ, ਉਹਨਾਂ ਦੇ ਮੋਬਾਈਲ ਤੱਕ ਪਹੁੰਚਣਗੇ।